अज रात 10 बजे के करीब हुशियारपुर की पुरानी सब्जी मंडी में उस वक्त बड़ा हादसा होने तो टल गया जदों तेज रफ्तार शराबी ट्रक ड्राइवर ने मंडी मूहरे खड़िया रेहड़िया के ट्रक चढ़ा दिता जिस न रेहड़िया के पिया फल फ्रूट तहस नहस हो गया। उत्थे रेहड़िया वाले ने भज के जान बचाई। कुछ लोगों ने ट्रक का पिछा कर ट्रक में भंगी चो पुल के पासों पकड़ लिया। मौके पर देखा गया कि ड्राइवर नशे नाल टली दबके मार रहा है। मौके पर पुलिस ने पौ ट्रक कब्जे लै ड्राइवर विरुद्ध कार्रवाई करने की गल आखी है। पर सोचने वाली गल है कि अगर एक घंटा पहला यह हादसा होया हों तो जानी नुकसान हो सकता सी। ਕਿੱਦਾਂ ਹੋਇਆ ਭਾਜੀ? ਭਾਜੀ ਗੱਡੀ ਵਾਲਾ ਆਇਆ ਬੜੀ ਤੇਜ਼, ਉਹਨੇ ਇੰਨੀ ਕਿ ਸਪੀਡ ਸੀ, ਪਹਿਲਾਂ ਉਹ ਰੇੜੀ ਵਾਲੇ ਨੂੰ ਚੱਕਿਆ ਉਹਨੇ ਪਰੇ, ਫਿਰ ਦੂਜੀ ਰੇੜੀ ਵਾਲੇ ਨੂੰ ਚੱਕਿਆ, ਫਿਰ ਇੱਥੇ ਕਰੇਡ ਪਏ ਸਾਡੇ ਖਤਮਾਣਿਆਂ ਦੇ, ਉਹਨੇ ਉਹ ਵੀ ਚੱਕ ਦਿੱਤੇ ਸਾਰੇ ਹੀ। ਇੱਥੇ ਰੇੜੀਆਂ ਸਾਰੀਆਂ ਲੱਗੀਆਂ ਭਾਜੀ, ਦੇਖੋ ਆਹ ਦੇਖੋ ਕੀ ਹਾਲ ਹੈ ਇੱਥੇ ਸਾਰੀਆਂ ਰੇੜੀਆਂ ਤੋਂ। ਇਹ ਤੇ ਸ਼ੁਕਰ ਰਿਹਾ ਕੋਈ ਬੰਦਾ ਥੱਲੇ ਨਹੀਂ ਆਇਆ, ਬਚਾ ਹੋ ਗਿਆ, ਪਰ ਇਹ ਬਚਾ ਹੋ ਗਿਆ ਮਹਾਰਾਜ, ਸਾਰੇ ਦੌੜ ਗਏ, ਸਾਰੇ ਦੌੜ ਗਏ ਆਪਣਾ ਸਮਾਨ ਛੱਡਣ, ਕਿੰਨੀ ਵਾਲਾ ਪੁੱਲ ਤੋਂ ਬਾਹਰ ਫੜ ਲਿਆ ਆਤਮਾ ਨੇ, ਬਚਾ ਕੇ ਰੱਖ ਲਿਆ, ਇਹ ਵੀ ਨਹੀਂ ਚੱਲਦੀ ਕਿਉਂਕਿ ਰਾਤ ਦਾ 10 ਵਜੇ ਦਾ ਟਾਈਮ, ਸਮਾਨ ਦਾ ਜ਼ਰੂਰ ਨੁਕਸਾਨ ਹੋ ਗਿਆ, ਸਮਾਨ ਦਾ ਲੇਕਿਨ ਬੰਦਿਆਂ ਦਾ ਬਚਾਅ ਹੋ ਗਿਆ, ਬਾਈ ਚਾਂਸ ਬੰਦੇ ਜੇ ਥੋੜਾ ਜਿਹਾ ਪਹਿਲਾ ਟਾਈਮ ਹੁੰਦਾ ਤਾਂ ਬੰਦੇ ਥੱਲੇ ਆਏ ਨੇ, ਹਾਂ ਬੰਦੇ ਥੱਲੇ ਆ ਜਾਣਾ ਸੀ, ਬਚਾਅ ਤਾਂ ਆਇਆ ਕਿ ਮਤਲਬ ਰਾਤ ਦਾ 10 ਵਜੇ ਦਾ ਟਾਈਮ ਸੀਗਾ, ਸਾਰੇ ਮਤਲਬ ਪਿੱਛੇ ਗੜੀ ਗਾਹਕ ਨਹੀਂ ਸੀਗੇ, ਪਿੱਛੇ ਹੋ ਗਏ, ਮਤਲਬ ਗਾਹਕ ਨਹੀਂ ਸੀਗੇ ਤਾਂ ਜਾ ਕੇ ਬਚਾਅ ਹੋ ਗਏ, ਨਹੀਂ ਬਹੁਤ ਤੇਜ਼ ਨਾਲ ਸੀਗੇ, ਸਾਰੇ ਪਿੱਛੇ ਪਿੱਛੇ ਦੌੜ ਕੇ ਪਿੱਛੇ ਹਟ ਗਏ, ਬਹੁਤ ਤੇਜ਼ ਆਇਆ, ਜੇ ਕੋਈ ਬੰਦਾ ਮੋਰੇ ਖੜਾ ਹੁੰਦਾ ਤਾਂ ਉਹਦਾ ਕੰਮ ਹੋ ਜਾਣਾ ਸੀ ਮਹਾਰਾਜ, ਸਰਦਾਰ ਸੀਗਾ ਸਰਦਾਰ, ਸ਼ੁਕਰ ਕਰੋ ਕਿ ਜਹਾਂ ਨਹੀਂ ਲੱਗਾ, ਮਤਲਬ ਇੱਕ ਸਾਈਡ ਨਾਲ ਗਿਆ ਨਹੀਂ, ਸਾਰੇ ਬੰਦੇ ਉਹਨੇ ਮਾਰ ਹੀ ਦੇਣੇ ਸੀ, ਕੋਈ ਬਚਣਾ ਨਹੀਂ ਸੀ ਬੰਦਾ, ਸ਼ਰਾਬ ਪੀਤੀ ਵੀ ਇੰਨੀ ਤੇਜ਼ ਆ, ਕੋਈ ਬੰਦਾ ਨਹੀਂ ਬਚਾ, ਸਰਦਾਰ ਸੀਗਾ ਉਹਨੇ ਸਾਰੀ ਜਿਹੜੀ ਆ ਬੰਦੇ ਮਾਰਦੇ ਜਿਹੜੀਆਂ ਛੱਡ ਕੇ ਸਾਰੇ ਬੰਦੇ ਨੱਠੇ ਬੱਚੇ ਹੋ ਤਾਂ ਬਚਾ ਹੋਇਆ, ਹੋ ਗਿਆ ਪੁਲਾੜ ਗਿਆ, ਪੁਲਾੜ ਦੇ ਜਿਹੜੀਆਂ ਛੱਡ ਛੱਡ ਕੇ ਭੱਜ ਗਏ ਸਾਰੇ, ਮਤਲਬ ਦੌੜ ਦੌੜ ਕੇ ਸਾਰੇ ਪੁੱਛ ਆਈ ਹੈ ਜਾਨ, ਸਾਈਡ ਉਹਨੇ ਮਾਰੀ ਆਪਣੇ ਦੋਹਰੇ ਸਾਰੇ ਬੰਦੇ ਮਾਰੇ, बंदा नहीं बदल में जा।